ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਬੂ। ਸੰਗਰੂਰ ਦੇ ਵਿੱਚ ਐਮਪੀ ਦੀਆਂ ਚੋਣਾਂ ਨੂੰ ਲੈ ਕੇ, ਜ਼ਮਣੀ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਮੋਰਚਾ ਸੰਭਾਲ ਲਿਆ ਗਿਆ, ਰਣਨੀਤੀ ਤਿਆਰ ਕਰ ਲਈ ਗਈ ਹੈ ਕਿ ਹੁਣ ਸੰਗਰੂਰ ਦੇ ਵਿੱਚ ਜ਼ਮਣੀ ਚੋਣਾਂ ਕਿਸ ਤਰੀਕੇ ਦੀਆਂ ਹੋਣਗੀਆਂ, ਕਿਸ ਤਰੀਕੇ ਦੇ ਨਾਲ ਜਿੱਤਿਆ ਜਾਏਗਾ, ਸਾਰੀ ਦੀ ਸਾਰੀ ਰਣਨੀਤੀ ਜੋ ਹੈ ਤਿਆਰ ਕਰ ਲਈ ਗਈ ਹੈ। ਦੱਸ ਦੇ ਕਿ ਸੰਗਰੂਰ ਦੇ ਵਿੱਚ ਜੋ ਜ਼ਮਣੀ ਚੋਣਾਂ ਹੋਣਗੀਆਂ, ਉਸ ਦੇ ਵਿੱਚ ਸੀਐਮ ਸਣੇ ਦੋ ਮੰਤਰੀ ਮੋਰਚਾ ਸੰਭਾਲਣਗੇ ਤਾਂ ਕੈਂਡੀਡੇਟ ਦੇ ਲਈ ਸੀਐਮ ਭਗਵੰਤ ਸਿੰਘ ਮਾਨ ਦੀ ਭੈਣ ਦੇ ਪੋਸਟਰ ਲਗਾਏ ਜਾ ਰਹੇ ਨੇ। ਹਾਲੇ ਤੱਕ ਅਧਿਕਾਰਤ ਤੌਰ ਤੇ ਐਲਾਨ ਨਹੀਂ ਕੀਤਾ ਗਿਆ ਉਮੀਦਵਾਰ, ਪਰ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਨੇ। ਸੀਐਮ ਭਗਵੰਤ ਸਿੰਘ ਮਾਨ ਦੀ ਭੈਣ ਦੇ ਪੋਸਟਰ ਲੱਗ ਰਹੇ ਨੇ। ਦੱਸ ਦਈਏ ਕਿ ਪੋਸਟਰ ਲੱਗ ਰਹੇ ਨੇ ਕਿ ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮਪੀ। ਫੋਟੋ ਲਗਾਈ ਗਈ ਹੈ, ਇੱਕ ਪਾਸੇ ਸੀਐਮ ਮਾਨ ਦੀ ਫੋਟੋ, ਇੱਕ ਪਾਸੇ ਦਿੱਲੀ ਸੁਪਰੀਮੋ ਕੇਜਰੀਵਾਲ ਦੀ ਫੋਟੋ ਹੈ, ਤੇ ਸੈਂਟਰ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਦੀ ਫੋਟੋ ਲਗਾਈ ਗਈ ਹੈ, ਤੇ ਉੱਤੇ ਲਿਖਿਆ ਗਿਆ ਸਾਡੀ ਭੈਣ ਬਣੇਗੀ ਸੰਗਰੂਰ ਦੀ ਐਮਪੀ। ਇਹ ਜੋ ਪੋਸਟਰ ਲਗਾਇਆ ਜਾ ਰਿਹਾ, ਤਾਂ ਯਾਨੀ ਕਿ ਹਾਲੇ ਇੱਕ ਪਾਸੇ ਜਿੱਥੇ ਐਲਾਨ ਨਹੀਂ ਕੀਤਾ ਗਿਆ ਕਿ ਕਿਹੜਾ ਉਮੀਦਵਾਰ ਹੋਏਗਾ ਆਮ ਆਦਮੀ ਪਾਰਟੀ ਦੇ ਵੱਲੋਂ ਸੰਗਰੂਰ ਤੋਂ ਐਮਪੀ ਦੀਆਂ ਚੋਣਾਂ ਦੇ ਲਈ, ਤਾਂ ਦੂਜੇ ਪਾਸੇ ਪੋਸਟਰ ਵੀ ਲੱਗਣੇ ਸ਼ੁਰੂ ਹੋ ਚੁੱਕੇ ਨੇ। ਪੋਸਟਰ ਲਗਾਏ ਜਾ ਰਹੇ ਨੇ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ। ਦੱਸ ਦਈਏ ਕਿ ਸੰਗਰੂਰ ਲੋਕ ਸਭਾ ਸੀਟ ਤੇ ਜੋ ਜ਼ਿਮਣੀ ਚੋਣਾਂ ਹੋਣੀਆਂ ਨੇ, ਇਹਨਾਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਸਾਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਸੰਗਰੂਰ ਦੇ ਵਿੱਚ ਚੋਣਾਂ ਦੇ ਲਈ ਸੀਐਮ ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਤੇ ਗੁਰਮੀਤ ਸਿੰਘ ਮੀਤਹੇਅਰ ਤੇ ਵਿਧਾਇਕ ਜੋ ਨੇ ਇਹ ਮੋਰਚਾ ਸਾਂਭਣਗੇ। ਸੀਐਮ ਮਾਨ ਦੋ ਮੰਤਰੀ ਹਰਪਾਲ ਚੀਮਾ ਵਿੱਤ ਮੰਤਰੀ ਨੇ ਤੇ ਗੁਰਮੀਤ ਸਿੰਘ ਮੀਤਹੇਅਰ ਸਿੱਖਿਆ ਮੰਤਰੀ ਨੇ, ਤੇ ਇਹਨਾਂ ਦੇ ਇਹ ਮੋਰਚਾ ਸਾਂਭਣਗੇ ਤੇ ਇਹਨਾਂ ਦੇ ਨਾਲ ਵਿਧਾਇਕ ਹੋਣਗੇ। ਸੀਐਮ ਮਾਨ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜ਼ਿਮਣੀ ਚੋਣਾਂ ਹੋਣਗੀਆਂ ਤਾਂ ਉਮੀਦਵਾਰ ਐਲਾਨਣ ਤੋਂ ਪਹਿਲਾਂ ਹੀ ਆਪ ਨੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਨੇ। ਦੱਸ ਦਈਏ ਕਿ ਜਿੱਥੋਂ ਆਪ ਉਮੀਦਵਾਰ ਦੇ ਲਈ ਸੀਐਮ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਪੋਸਟਰ ਲਗਾਉਣੇ ਸ਼ੁਰੂ ਹੋ ਚੁੱਕੇ ਨੇ, ਉੱਥੇ ਇਸ ਤੋਂ ਇਲਾਵਾ ਸੀਐਮ ਮਾਨ ਦੇ ਕਰੀਬੀ ਦੋਸਤ ਪੰਜਾਬੀ ਕਾਮੇਡੀਅਨ ਕਰਮਜੀਤ ਅਨਮੋਲ ਤੇ ਇੱਕ ਪੁਲਿਸ ਅਫਸਰ ਦਾ ਨਾਮ ਵੀ ਚਰਚਾ ਵਿੱਚ, ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿ ਕਾਮੇਡੀਅਨ ਜੋ ਹੈ ਕਰਮਜੀਤ ਅਨਮੋਲ ਤੇ ਵੀ ਦਾਅ ਖੇਡਿਆ ਜਾ ਸਕਦਾ ਹੈ। ਸੀਐਮ ਮਾਨ ਦੇ ਬਹੁਤ ਜ਼ਿਆਦਾ ਕਰੀਬੀ ਨੇ, ਇੰਡਸਟਰੀ ਸਮੇਂ ਤੋਂ ਬਹੁਤ ਜ਼ਿਆਦਾ ਪੱਕੀ ਦੋਸਤੀ, ਪੱਕੀ ਯਾਰੀ ਹੈ ਕਰਮਜੀਤ ਅਨਮੋਲ ਦੇ ਨਾਲ ਸੀਐਮ ਮਾਨ ਦੀ, ਤਾਂ ਕਰਮਜੀਤ ਅਨਮੋਲ ਦਾ ਨਾਮ ਵੀ ਸਾਹਮਣੇ ਆ ਰਿਹਾ ਤੇ ਨਾਲ ਦੀ ਨਾਲ ਇੱਕ ਪੁਲਿਸ ਅਫਸਰ ਦਾ ਨਾਮ ਵੀ ਸਾਹਮਣੇ ਆ ਰਿਹਾ। ਚਰਚਾ ਦੇ ਵਿੱਚ ਹੈ ਕਿ ਹੋ ਸਕਦਾ ਕਿ ਸੰਗਰੂਰ ਤੋਂ ਚੋਣ ਜੋ ਹੈ ਇਹਨਾਂ ਦੇ ਵਿੱਚੋਂ ਲੜੀ ਜਾ ਸਕਦੀ ਹੈ, ਪਰ ਪੋਸਟਰ ਜੋ ਹੈ ਸੀਐਮ ਭਗਵੰਤ ਸਿੰਘ ਮਾਨ ਦੀ ਭੈਣ ਦੇ ਲਗਾਏ ਜਾ ਰਹੇ ਨੇ, ਮਨਪ੍ਰੀਤ ਕੌਰ ਦੇ ਪੋਸਟਰ ਲਗਾਏ ਜਾ ਰਹੇ ਨੇ, ਤੇ ਨਾਲ ਕੈਪਸ਼ਨ ਦਿੱਤਾ ਗਿਆ ਕਿ ਸਾਡੀ ਭੈਣ ਜਿੱਤੇਗੀ। ਤਾਂ ਫਿਲਹਾਲ ਹਾਲੇ ਤੱਕ ਆਪ ਨੇ ਉਮੀਦਵਾਰ ਦੀ ਘੋਸ਼ਣਾ ਨਹੀਂ ਕੀਤੀ ਹੈ ਕਿ ਸੰਗਰੂਰ ਤੋਂ ਕਿਹੜਾ ਉਮੀਦਵਾਰ ਹੋਏਗਾ, ਪਰ ਪੋਸਟਰਾਂ ਨੇ ਕਿਤੇ ਨਾ ਕਿਤੇ ਇਸ਼ਾਰਾ ਕਰ ਦਿੱਤਾ ਹੈ ਕਿ ਮਨਪ੍ਰੀਤ ਕੌਰ ਹੀ ਉਮੀਦਵਾਰ ਹੋਣਗੇ। ਦੱਸ ਦਈਏ ਕਿ ਲੋਕ ਸਭਾ ਸੀਟ ਸੰਗਰੂਰ ਤੋਂ 9 ਵਿਧਾਨ ਸਭਾ ਖੇਤਰ ਨੇ, ਜਿਹਨਾਂ ਦੇ ਵਿੱਚ ਸੀਐਮ ਮਾਨ ਧੂਰੀ ਤੋਂ ਵਿਧਾਇਕ ਬਣੇ ਨੇ। ਧੂਰੀ ਤੋਂ ਵਿਧਾਇਕੀ ਜੋ ਹੈ ਸੀਐਮ ਮਾਨ ਦੇ ਕੋਲ ਹੈ, ਤੇ ਉੱਥੇ ਵਿੱਤ ਮੰਤਰੀ ਹਰਪਾਲ ਚੀਮਾ ਦਿੜਬਾ ਤੋਂ, ਤਾਂ ਮੀਤਹੇਅਰ ਬਰਨਾਲਾ ਤੋਂ ਵਿਧਾਇਕ ਚੁਣੇ ਗਏ ਨੇ। ਇਸ ਲਈ ਸੰਗਰੂਰ ਤੋਂ ਜਿੱਤ ਦੇ ਲਈ ਤਿੰਨੋਂ ਨੇਤਾ ਅਹਿਮ ਭੂਮਿਕਾ ਨਿਭਾਉਣਗੇ। ਬਾਕੀ ਵਿਧਾਨ ਸਭਾ ਖੇਤਰਾਂ ਦੇ ਵਿਧਾਇਕਾਂ ਤੋਂ ਵੀ ਲੋਕਾਂ ਦੇ ਨਾਲ ਤਾਲਮੇਲ ਕਰਨ ਨੂੰ ਕਹਿ ਦਿੱਤਾ ਗਿਆ, ਤੇ ਇਸ ਦੇ ਵਿੱਚ ਜੋ ਜ਼ਰੂਰੀ ਗੱਲਾਂ ਨੇ ਉਹ ਵੀ ਆਈਆਂ ਨੇ ਸਾਹਮਣੇ ਕਿ ਸੰਗਰੂਰ ਤੋਂ ਆਪ ਦਾ ਪੂਰੇ ਦੇਸ਼ ਭਰ ਦੇ ਵਿੱਚ ਭਗਵੰਤ ਮਾਨ ਸਿਰਫ ਇਕਲੌਤੇ ਸੰਸਦ ਸੀ, ਤਾਂ ਹਾਰ ਗਏ ਤਾਂ ਸਿਰਫ ਲੋਕ ਸਭਾ ਦੇ ਵਿੱਚ ਪ੍ਰਤੀਨਿਧਿਤਵ ਖਤਮ ਹੋ ਜਾਏਗਾ। ਮਾਨ ਸਰਕਾਰ ਬਣੇ ਸਿਰਫ 2.5 ਮਹੀਨੇ ਹੋਏ ਨੇ, ਤਾਂ ਸੀਟ ਹਾਰ ਗਏ ਤਾਂ ਉਹਨਾਂ ਦੀ ਸੂਬੇ ਦੇ ਵਿੱਚ ਸਰਕਾਰ ਦੇ ਕੰਮ ਕਾਜ 'ਤੇ ਸਵਾਲ ਚੁੱਕੇ ਜਾਣਗੇ, ਤਾਂ ਜਿੱਤੇ ਤਾਂ ਇਸ 'ਤੇ ਮੋਹਰ ਲੱਗ ਜਾਏਗੀ। ਆਪ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਲੜ ਰਹੀ ਹੈ, ਤਾਂ ਜੇਕਰ ਹਾਰੇ ਤਾਂ ਗਲਤ ਸੁਨੇਹਾ ਜਾਏਗਾ, ਨਹੀਂ ਤਾਂ ਵਿਰੋਧੀ ਵੀ ਹਾਰ ਨੂੰ ਹਾਰ 'ਤੇ ਚਸਕਾ ਲੈਣਗੇ, ਵਿਰੋਧੀ ਵੀ ਹਾਰ 'ਤੇ ਆਪਣੀ ਖੁਸ਼ੀ ਮਨਾਉਣਗੇ, ਤਾਂ ਕਈ ਤਰ੍ਹਾਂ ਦੀਆਂ ਗੱਲਾਂ ਵੀ ਸਾਹਮਣੇ ਆ ਸਕਦੀਆਂ ਨੇ। ਤਾਂ ਮਾਨ ਜੋ ਹੈ ਸੀਐਮ ਮਾਨ ਦਾ ਗੜ੍ਹ ਕਿਹਾ ਜਾਂਦਾ, ਸੰਗਰੂਰ ਮਾਨ ਦਾ ਗੜ੍ਹ ਹੈ, ਤਾਂ ਮੋਦੀ ਲਹਿਰ ਦੇ ਵਿੱਚ ਵੀ ਇੱਥੋਂ ਜਿੱਤ ਚੁੱਕੇ ਨੇ ਸੀਐਮ ਮਾਨ, ਅਤੇ ਹੁਣ ਜੇਕਰ ਨਹੀਂ ਜਿੱਤਦੇ ਤਾਂ ਕਾਫੀ ਜ਼ਿਆਦਾ ਸਵਾਲ ਖੜ੍ਹੇ ਹੋ ਸਕਦੇ ਨੇ। ਤਾਂ ਸੰਗਰੂਰ ਲੋਕ ਸਭਾ ਸੀਟ 'ਚ ਭਗਵੰਤ ਮਾਨ ਦਾ ਗੜ੍ਹ ਹੈ, ਜਿੱਥੋਂ ਲਗਾਤਾਰ ਵੱਡੇ ਫਰਕ ਦੇ ਨਾਲ ਜਿੱਤਦੇ ਆਏ ਨੇ। 2019 ਦੇ ਵਿੱਚ ਪੀਐਮ ਮੋਦੀ ਦੀ ਲਹਿਰ ਸੀ ਜਿਸ ਵੇਲੇ, ਤਾਂ ਉਸ ਵੇਲੇ ਵੀ ਆਪ ਦੇ ਸਭ ਕੈਂਡੀਡੇਟ ਹਾਰ ਗਏ, ਤਾਂ
सिर्फ संगरूर तो जीत के संसद पहुंचे सी। इस बार विधायक चुने जाण अते पार्टी तो बहुमत मिलन तो बाद उन्होंने सीट तो इस्तीफा दे दिता, जिस तो बाद इत्थे हुण अगले महीने चोण करवाई जाएगी, जमणी चोण होएगी। दस दिए कि जिस समय पंजाब दे विच सीएम मान मुख्यमंत्री बने, उन्हां दी सरकार बनी, आप दी सरकार पंजाब दे विच बनी, तां सीएम बनन तो बाद अहुदे तो इस्तीफा दे दिता जांदा, जिस नूं लै के हुण सीट खाली है। तां जिमणी चोणां होणगियां, हले इस ते काफ़ी ज़्यादा सियासत पक्की हुई है, वख वख नाम सामने आ रहे ने। तां अजिहे दे विच जिथे सीएम मान दे करीबी दा नाम सामने आ रहा सी, करमजीत अनमोल दा, तां उत्थे ही एक पुलिस अफसर दा नाम भी सामने आ रहा सी। तां हुण पोस्टर जो ने सीएम मान की भैन के लगाए जा रहे हैं, मनप्रीत कौर के। हुण देखना होएगा कि जिस तरीके की रणनीति तैयार की जा रही है, पोस्टर लगाए जा रहे हैं कि असल दे विच मनप्रीत कौर ही उम्मीदवार होणगे संगरूर सीट तो। इस पर फिलहाल नज़रां बनियां हुई ने, पर आप ने रणनीति तो एक बार बना ली है, पोस्टर भी लगा दिते ने, स्लोगन भी लिख दिता कि साडी भैन जीतेगी। तो हुण देखना होएगा कि सीएम मान का गढ़ संगरूर सीट सीएम मान दे जो आप दे कोल ही रहिंदी है, या इस सीट ते हुण कोई होर बाजी मारदा है।